ਪੁੱਠੇ ਪੁੱਠੇ ਪਿੰਡ ਹੈ, ਆਸ਼ੂ ਨਾਂ ਹੈ, ਇਹ ਵੀ ਦੁਨੀਆ ਦਾ ਮਹਾਨ ਬਣ ਬੈਠਾ। ਪਹਿਲੀ ਲੰਡੀ ਜੀਪ ਕਹਿੰਦੇ ਮੁੰਡੇ ਜੋਧਪੁਰ ਚੀਮਾ ਦੇ ਕੱਪ ਤੋਂ ਜਿੱਤੀ ਹੈ। ਲਓ ਬੱਲੇ 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 ਰਾਣੇ ਛੇ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਇਹਨੇ ਕਿਸ ਗੱਲ ਕਰਕੇ ਜਿੱਤੀ ਹੈ, ਇਹ ਆਹ ਬੋਲ ਨੇ ਦੱਸਿਆ ਵੀ ਕੋਟੇ ਬੋਨੇ ਵਾਲੇ ਨੇ ਲੰਡੀ ਜੀਪ ਜਿੱਤੀ ਹੈ ਵੀ ਵਿੱਚ ਸੱਥਾ ਨਾ ਹੋਣ ਨਵੇੜੇ ਲਾਗਦਾਰ ਤੇ ਚੀਕਾਂ ਦੇ ਪੁੱਤ ਜੱਟਾਂ ਦੇ ਸ਼ੌਕੀ ਹੁੰਦੇ ਫੋਰਡ ਬੁਲਟ ਦੇ ਜੀਪਾਂ ਦੇ ਪੀਪੇ। ਉਹ ਤੈਨੂੰ ਹੋ ਕੀ ਗਿਆ, ਉਹ ਤੇਰਾ ਹਵਾ ਚ ਮੰਜਾ ਡਾ ਸਕਦਾ, ਪੀਤਾ ਬਾਲ ਕਰ ਲਈ ਫਿਰ ਆ ਗਿਆ। ਉਧਰ ਅਮਰਦੀਪ ਭਾਜੀ ਨੇ ਵੀ ਕੰਨ ਦੇ ਵਿੱਚ ਕੋਈ ਫੂਕ ਮਾਰੀ ਹੈ ਵੀ ਕੋਠੇ ਬੋਨੇ ਵਾਲਾ ਇੱਥੋਂ ਤਾਂ ਲੋਟ ਹੀ ਨਹੀਂ ਆਉਣਾ, ਇੱਥੋਂ ਤਾਂ ਲੋਟ ਹੀ ਨਹੀਂ ਆਉਣਾ। ਕਮਾਲ ਜਿਹੜੀ ਹੋ ਗਈ ਮੇਰੇ ਪੰਜਾਬੀ ਵੀਰੋ, ਕੋਠੇ ਬੁਨੇ ਵਾਲਾ ਹੋਣੀ ਐਨ ਮੂਸੇ ਵਾਲੇ ਵਰਗੇ ਐਵੇਂ ਨੀ ਆਏ, ਐਵੇਂ ਨੀ ਕਹਿੰਦੇ ਮੋਟਰਸਾਈਕਲ ਲੈ ਕੇ ਜਾਣਾ ਹੈ। ਐਨ ਕਹਿੰਦੇ ਕੋਠੇ ਬੁਨੇ ਵਾਲਾ ਝਾਰੀ ਦੇ ਵਿੱਚ ਹੈ ਵੀ ਛੋਟਾ ਇਹਦਾ ਕੱਦ ਤੇ ਸਰੀਰ ਹੈ ਪੂਰਾ ਲਚਕੀਲਾ, ਉਹ ਪੀਪਿਆ ਖੜ ਤਿਆਰੀ, ਕੋਠੇ ਬੁਨੇ ਵਾਲੇ ਦਾ ਕਰਨਾ ਪੈਣਾ ਕੋਈ ਹੀਲਾ, ਹੀਲਾ ਕਰਨਾ ਪੈਣਾ ਝੋੜੂ ਦਾ ਮੇਲਾ ਸੀ ਜਿੱਥੇ ਆਦਮਪੁਰ ਵਾਲਿਆਂ ਤੋਂ ਕੋਠੇ ਪੀਪੇ ਦੀ ਬਾਲ ਕੋਠੇ ਬੁਨੇ ਵਾਲਾ, ਕੋਠੇ ਬੁਨੇ ਵਾਲਾ ਹੀ ਹੈ। ਰਣ ਕਹਿੰਦੇ ਛੇ 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 ਚਾਰ ਵਾਰੀ ਹੋ ਗਏ ਹੈ, ਰਣ ਕਹਿੰਦੇ ਪੰਜ ਹੋ ਗਏ, ਰਣ ਕਹਿੰਦੇ ਤੀਹ ਪੈ ਗਏ ਹੈ। ਬਾਕੇ ਬਾਕੇ ਪੰਜ ਛੱਕੇ ਬੱਜ ਗਏ ਪੀਪੇ, ਸਾਰਾ ਮੈਚ ਨਿਕਲ ਗਿਆ ਇੱਥੋਂ, ਸਾਰਾ ਮੈਚ ਨਿਕਲ ਗਿਆ। ਛੇ ਮਾਰਾ ਵੱਜਦੇ ਇੱਥੇ ਕਾਪੇ ਦੇ ਵਾਰੇ ਹੋਏ ਨੇ ਛੇ, ਅੱਜ ਛੇ ਛੱਕੇ। ਉਹ ਕੋਠੇ ਬੁਨੇ ਵਾਲਾ ਮਾਰ ਦੇ, ਕੋਠੇ ਬੁਨੇ ਵਾਲਾ ਮਾਰ ਦੇ ਸਿਰੇ ਦੀ ਬਾਲ। ਰਣ ਜਿਹੜੇ ਕਾਹਟ ਐਨ